ਤੁਸੀਂ ਉਹਨੂੰ ਦੇਖੋਗੇ ਨਾ ਜਦੋਂ ਉਭਰੇਗਾ ਤਾਂ ਤੁਹਾਡਾ ਮਤਲਬ ਮਾਈਂਡ ਵੀ ਉਹਦੇ ਨਾਲ ਮਤਲਬ ਨਾ ਅਪ ਜਾਏਗਾ ਕਿਤੇ ਨਾ ਕਿਤੇ ਤੁਸੀਂ ਉਹਨੂੰ ਡੇਲੀ ਦੇਖੋਗੇ ਕਿ ਅੱਜ ਉਹ ਫੁੱਲ ਇੰਨਾ ਆਇਆ ਕੱਲ ਨੂੰ ਇੰਨਾ ਹੋਊਗਾ ਮਤਲਬ ਡੇਲੀ ਕੁਝ ਕਰੋ ਇਹਨਾਂ ਦਾ ਤੁਹਾਨੂੰ ਖੁਦ ਦੇ ਦਿਲ ਤੋਂ ਮਤਲਬ ਸੰਤੁਸ਼ਟੀ ਮਿਲੂਗੀ ਤੁਹਾਡੀ ਲਾਈਫ 'ਚ ਵੀ ਮਿਲੇਗੀ ਬਹੁਤ ਚੇਂਜਿਸ ਆਉਣਗੇ ਤਾਂ ਛੋਟੀਆਂ ਛੋਟੀਆਂ ਗੱਲਾਂ ਬਹੁਤ ਜ਼ਿਆਦਾ ਨੇ ਜੋ ਕਿ ਮਤਲਬ ਇੱਕ ਚੀਜ਼ ਦੀ ਹੋਰ ਸ਼ੁਰੂਆਤ ਕਰ ਰਹੇ ਹਾਂ ਬਈ ਸਾਨੂੰ ਉਮੀਦ ਨਹੀਂ ਸੀ ਵੀ ਇੰਨੇ ਕੁ ਵੀ ਲੋਕ ਹੋਣਗੇ ਇੱਥੇ ਕਿਉਂਕਿ ਸਪੈਸ਼ਲੀ ਕਿਸੇ ਨੂੰ ਸਿਫਾਰਿਸ਼ਾਂ ਪਾ ਕੇ ਆਪਾਂ ਕਿਸੇ ਨੂੰ ਨਹੀਂ ਸੱਦਿਆ ਤੁਹਾਡੇ ਸਾਰਿਆਂ ਦੇ ਦਿਲਾਂ ਦੇ ਵਿੱਚ ਦਰਦ ਆ ਬਈ ਤਾਂ ਪਹੁੰਚੇ ਹੋ ਆਉਣ ਵਾਲੇ ਹਫ਼ਤੇ ਜਾਂ ਦੋ ਹਫ਼ਤਿਆਂ ਦੇ ਵਿੱਚ ਬਈ ਆਪਾਂ ਮੈਰਾਥਨ ਵੀ ਇੱਥੇ ਮਤਲਬ ਵੀਕਲੀ ਮੈਰਾਥਨ ਵੀ ਆਪਾਂ ਆਰਗਨਾਈਜ਼ ਕਰਿਆ ਕਰਾਂਗੇ ਕਲੀਅਰ ਹੈ ਉਹ ਹੌਲੀ ਹੌਲੀ ਟਾਈਮ ਟੂ ਟਾਈਮ ਇਕੱਠ ਵੱਡਾ ਹੋਊਗਾ ਲੈਂਥ ਵੀ ਆਪਾਂ ਵੱਡੀ ਕਰਾਂਗੇ ਕਿਉਂਕਿ ਦੇਖੋ ਮੈਂਟਲੀ ਪਰਫੈਕਟ ਬੰਦਾ ਤਾਂ ਹੋ ਸਕਦਾ ਜੋ ਫਿਜ਼ੀਕਲੀ ਫਿੱਟ ਆ ਕਲੀਅਰ ਹੈ ਨਾ ਅਸੀਂ ਵੱਡੀਆਂ ਵੱਡੀਆਂ ਗੱਲਾਂ ਕਰ ਸਕਦੇ ਹਾਂ ਤਾਂ ਬਈ ਜੇ ਸਾਡਾ ਫਸਟਲੀ ਵੀ ਆਈ ਵਾਂਟ ਟੂ ਸੇ ਫੋਰ ਮਾਈ ਸਟੇਟ ਪੰਜਾਬ ਅਤੇ ਵੀਰੇ ਤੁਹਾਨੂੰ ਪਤਾ ਹੀ ਹੈ ਪੰਜਾਬ ਦਾ ਰਹਿਣਾ ਸਹਿਣਾ ਖਾਣਾ ਪੀਣਾ ਅਤੇ ਤੁਸੀਂ ਨਾ ਕਿਹੜੇ ਮਰਜ਼ੀ ਖੇਤਰ ਵੱਲ ਚਲੇ ਜਾਓ ਵੀ ਇੱਕ ਛੋਟੀ ਜਿਹੀ ਗੱਲ ਕਰਦੇ ਆਪਾਂ ਮਤਲਬ ਨਾ ਇੱਥੇ ਤੁਸੀਂ ਕਿਸੇ ਨਾਲ ਨੋਰਮਲੀ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਨਾ ਤਾਂ ਬੰਦੇ ਪੰਜਾਬੀ ਨਾ ਭੱਜ ਕੇ ਜਿਵੇਂ ਆਪਾਂ ਕਹਿ ਦਿੰਦੇ ਵੀਰੇ ਰਾਸਤਾ ਕਿੱਧਰ ਨੂੰ ਜਾਂਦਾ ਤਾਂ ਪੰਜਾਬੀ ਇੰਨਾ ਭੱਜ ਕੇ ਪੈਂਦੇ ਨੇ ਕਿ ਅੱਗੇ ਉਹਨੂੰ ਜਦੋਂ ਨਾ ਘਰ ਤੱਕ ਛੱਡ ਕੇ ਆਉਣਾ ਪੈ ਜਾਵੇ ਤਾਂ ਵੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਤੁਸੀਂ ਦਿੱਲੀ ਵਾਲੀ ਸਾਈਡ ਚਲੇ ਜਾਓ ਵੀਰੇ ਜਿਹਨਾਂ ਨੂੰ ਰਾਸਤਾ ਵੀ ਪੁੱਛ ਲਈਏ ਨਾ ਤਾਂ ਮਤਲਬ ਉਹ ਦੇਖਦੇ ਵੀ ਨਹੀਂ ਅੱਗੇ ਚੱਲ ਆਪਣੇ ਕੰਮ ਨੂੰ ਮਤਲਬ ਰੱਖਦੇ ਤਾਂ ਜਿਵੇਂ ਕਿ ਤੁਹਾਨੂੰ ਪਤਾ ਪਿਛਲੇ ਕੁਝ ਦਿਨਾਂ 'ਚ ਕਿ ਆਪਣੇ ਪੰਜਾਬ ਦੇ ਇੱਕ ਬਹੁਤ ਵੱਡੇ ਮਤਲਬ ਸਿੰਗਰ ਸੁਖਦੀਪ ਸਿੰਘ ਸਿੱਧੂ ਕਿ ਮਤਲਬ ਕਿ ਨਾ ਵੀਰੇ ਉਹ ਇੱਕ ਇਹੋ ਜਿਹੀ ਸ਼ਖਸੀਅਤ ਸੀ ਜਿਹੜਾ ਚਾਹੁੰਦਾ ਸੀਗਾ ਕਿ ਮੈਂ ਆਪਣੇ ਪੰਜਾਬ ਨੂੰ ਇੱਕ ਹਾਈ ਲੈਵਲ ਤੇ ਲੈ ਕੇ ਜਾਵਾਂ ਹੈ ਨਾ ਦੇਖੋ ਇੰਨੇ ਪੈਸੇ ਉਹਨਾਂ ਦੀ ਉਹਦੇ ਲਈ ਕੋਈ ਕਮੀ ਨਹੀਂ ਤੇ ਵੀਰੇ ਚਾਹੁੰਦਾ ਤਾਂ ਉਹ ਚੰਡੀਗੜ੍ਹ ਵੀ ਰਹਿ ਸਕਦਾ ਸੀਗਾ ਕਿਤੇ ਫੋਰਨ ਵੀ ਜਾ ਸਕਦਾ ਜਿਵੇਂ ਕਿ ਹੋਰ ਸਿੰਗਰ ਕਰਦੇ ਨੇ ਕੈਨੇਡਾ ਬਟ ਉਹ ਫਿਰ ਵੀ ਆਪਣੇ ਮੂਸਾ ਪਿੰਡ ਮਾਨਸਾ ਦੇ ਵਿੱਚ ਰਹਿੰਦੇ ਹੋਏ ਉਹਨੇ ਉੱਥੇ ਆਪਣੀ ਕੋਠੀ ਬਣਾਈ ਤੇ ਕੁਛ ਨਾ ਗਲਤ ਫਹਿਮੀਆਂ ਦੇ ਚੱਲਦੇ ਮੰਨ ਲਓ ਜਿਹੜਾ ਉਹ ਲੋਰੈਂਸ ਮਿਸ਼ਨ ਹੋਈ ਹੈ ਵੀ ਉਹਦਾ ਨਾਮ ਆ ਰਿਹਾ ਹੈ ਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤਾਂ ਵੀ ਹੁਣ ਆਪਾਂ ਨੂੰ ਇਹ